ਰੀਅਲ ਲਾਈਫ ਨਕਲੀ ਦੁਨੀਆ ਯਾਨੀ ਕਿ ਨਾਟਕਾਂ ਫਿਲਮਾਂ ਜਾਂ ਗਾਣਿਆਂ ਦੇ ਵਿੱਚ ਜੁਗੁਜੁਗਾ ਟਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਨਕਲੀ ਆਨੰਦ ਕਾਰਜ ਨਹੀਂ ਕਰਵਾਏ ਜਾ ਸਕਦੇ ਨਾ ਹੀ ਨਕਲੀ ਸੈੱਟ ਬਣਾ ਕੇ ਆਨੰਦ ਕਾਰਜ ਨੂੰ ਨਕਲੀ ਤੌਰ ਤੇ ਰਚਾਇਆ ਜਾ ਸਕਦਾ ਇਹ ਹੁਕਮ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਵੱਲੋਂ ਸਖਤ ਸ਼ਬਦਾਂ ਦੇ ਵਿੱਚ ਜਾਰੀ ਕੀਤੇ ਗਏ ਨੇ ਹਾਲਾਂਕਿ ਜਥੇਦਾਰ ਗਨ ਰਗਵੀਰ ਸਿੰਘ ਨੇਵੀ ਕਿਹਾਗੇ ਹੁਕਮ ਕੋਈ ਨਵੇਂ ਜਾਰੀ ਨਹੀਂ ਕੀਤੇ ਗਏ ਇਹ ਪਹਿਲਾਂ ਤੋਂ ਹੀ ਲਾਗੂ ਹਨ ਕਿ ਸਿੱਖ ਸਿਧਾਂਤਾਂ ਦੇ ਮੁਤਾਬਿਕ ਆਨੰਦ ਕਾਰਜ ਦੀ ਰਸਮ ਬਹੁਤ ਹੀ ਪਵਿੱਤਰ ਤੇ ਗੁਰਮਰਿਆਦਾ ਦੇ ਮੁਤਾਬਿਕ ਨਿਭਾਈ ਜਾਂਦੀ ਹੈ ਇਸ ਦਾ ਨਕਲੀ ਫਿਲਮਾਂਕਣ ਨਹੀਂ ਕੀਤਾ ਜਾ ਸਕਦਾ ਅਜਿਹਾ ਕਰਨ ਤੇ ਲੰਬੇ ਸਮੇਂ ਤੋਂ ਰੋਕ ਲੱਗੀ ਹੋਈ ਹੈ باوجود ਇਸ ਦੇ ਕਹਿੰਦੇ ਚੰਦ ਪੈਸੇ ਕਮਾਉਣ ਲਈ ਸਿੱਖੀ ਸਿਧਾਂਤਾਂ ਤੇ ਮਰਿਆਦਾ ਨੂੰ ਠੇਸ ਪਹੁੰਚਾਉਣ ਦੀਆਂ ਕੋਸ਼ਿਸ਼ਾਂ ਵਾਰੀ ਵਾਰੀ ਕੀਤੀਆਂ ਜਾ ਰਹੀਆਂ ਨੇ ਜੋ ਕਦੇ ਵੀ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ ਗਿਆਨੀ ਰਗਵੀਰ ਸਿੰਘ ਦੇ ਵੱਲੋਂ ਇਹ ਬਿਆਨ ਉਸ ਵਕਤ ਦਿੱਤਾ ਗਿਆ ਜਦੋਂ ਸਾਬਜ਼ਾਦਾਜੀਤ ਸਿੰਘ ਨਗਰ ਮੁਹਾਲੀ ਨੇੜਲੇ ਪਿੰਡ ਕੜੂਆ ਦੀ ਫਿਲਮ ਸਿਟੀ ਵਿੱਚ ਇੱਕ ਹਿੰਦੀ ਸੀਰੀਅਲ ਦੀ ਸ਼ੂਟਿੰਗ ਦੌਰਾਨ ਨਕਲੀ ਗੁਰਦੁਆਰਾ ਸਾਹਿਬ ਬਣਾ ਕੇ ਨਕਲੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਸਜਾ ਕੇ ਇੱਕ ਕੁੜੀ ਮੁੰਡੇ ਦੇ ਨਕਲੀ ਆਨੰਦ ਕਾਰਜ ਕਰਵਾਉਣ ਦਾ ਦ੍ਰਿਸ਼ ਫਿਲਮਾਇਆ ਜਾ ਰਿਹਾ ਸੀ ਜਿਵੇਂ ਹੀ ਸੋਸ਼ਲ ਮੀਡੀਆ ਤੇ ਗੱਲ ਫੈਲੀ ਨਿਹੰਗ ਸਿੰਘਾਂ ਨੇ ਇੱਥੇ ਜਾ ਕੇ ਸ਼ੂਟਿੰਗ ਰੁਕਵਾਈ ਤੁਰੰਤ ਜਥੇਦਾਰ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੇ ਘਟਨਾ ਦੀ ਜਾਂਚ ਦੀ ਪੜਤਾਲ ਲਈ ਇੱਕ ਕਮੇਟੀ ਬਣਾਈ ਗਈ ਇਸ ਕਮੇਟੀ ਨੇ ਬੁੱਧਵਾਰ ਨੂੰ ਪਿੰਡ ਕੜੂਆ ਜਾ ਕੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ ਤੇ ਇਸ ਮਾਮਲੇ ਨਾਲ ਸੰਬੰਧਿਤ ਵਿਅਕਤੀਆਂ ਦੇ ਬਿਆਨ ਦਰਜ ਕੀਤੇ। ਕਮੇਟੀ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਮੀਡੀਆ ਡਵਾਈਜ਼ਰ ਤਲਵਿੰਦਰ ਸਿੰਘ ਬੁੱਟਰ ਨੂੰ ਬਤਾਰ ਕੋਆਰਡੀਨੇਟਰ ਲਾਇਆ ਗਿਆ। 6 ਮੈਂਬਰ ਹੋਰ ਇਸ ਕਮੇਟੀ ਦੇ ਵਿੱਚ ਸ਼ਾਮਿਲ ਨੇ। ਛੇਤੀ ਹੀ ਕਮੇਟੀ ਵੱਲੋਂ ਰਿਪੋਰਟ ਤਿਆਰ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸੌਂਪੀ ਜਾਵੇਗੀ। ਜਿਸ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਚਾਰੇ ਤਖਤਾਂ ਦੇ ਸਿੰਘ ਸਾਹਿਬਾਨਾਂ ਦੀ ਮੀਟਿੰਗ ਸਦਕੇ ਇਸ ਮਸਲੇ ਤੇ ਟੁਕਮਾ ਫੈਸਲਾ ਲੈਣਗੇ। ਕੜੂਆ ਵਿੱਚ ਵਾਪਰੀ ਇਸ ਘਟਨਾ ਨੂੰ ਮੰਤਭਾਗੀ ਦੱਸਦੇ ਆ ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵੀ ਫਿਲਮ ਸਿਟੀ ਦੇ ਪ੍ਰਬੰਧਕਾਂ ਵਿਰੁੱਧ ਪੁਲਿਸ ਕੇਸ ਦਰਜ ਕਰਨ ਦੀ ਜ਼ੋਰਦਾਰ ਮੰਗ ਕੀਤੀ ਹੈ ਐਡਵੋਕੇਟ ਧਾਮੀ ਨੇ ਕਿਹਾ ਕਿ ਨਕਲੀਪਣ ਸਿੱਖ ਧਰਮ ਚ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਊਗਾ ਇਸ ਜੀਆਂ ਹਰਕਤਾਂ ਕਰਕੇ ਸਿੱਖ ਧਰਮ ਦੇ ਸਿਧਾਂਤਾਂ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰਨ ਤੋਂ ਸਭ ਨੂੰ ਬਾਝ ਆਉਣਾ ਚਾਹੀਦਾ ਹੈ ਦੇਖੋ ਸਿੱਖ ਧਰਮ ਦੀ ਇੱਕ ਮਰਿਆਦਾ ਆ ਉਹ ਮਰਿਆਦਾ ਦੀ ਇਕਰਾਮਕਾਰ ਵੀ ਆ ਤੇ ਰਾਮਕਾਰ ਕੀ ਆ ਵੀ ਉਹਦੇ ਵਿੱਚ ਕੋਈ ਨਕਲੀ ਕਰੈਕਟਰ ਜਾਂ ਨਕਲੀ ਕੋਈ ਦਿਖਾਇਆ ਨਹੀਂ ਜਾ ਸਕਦਾ ਉਹਨਾਂ ਨੇ ਹਮਾਕਤ ਕੀਤੀ ਆ ਵੀ ਉਹ ਸਾਰਾ ਜਿਹੜਾ ਉਹ ਨਕਲੀ ਪੰਜਿਆ ਕਰਕੇ ਤੇ ਆਪਣਾ ਫਾਰ ਦਾ ਪਰਪਸ ਆਫ ਇਸ ਟੈਲ ਨੂੰ ਜਿਹੜਾ ਉਹਨੇ ਕੀਤਾ ਇਹੋ ਜਿਹਾ ਕਦੇ ਵੀ ਸਿੱਖ ਧਰਮ ਨੇ ਨਾ ਕਦੇ ਲੋਕ ਕੀਤਾ ਸਿੰਘ ਸਾਹਿਬਾਂ ਨੇ ਵੀ ਉਹਦੀ ਬਹੁਤ ਜ਼ੋਰ ਨਾਲ ਮੰਨ ਲਓ ਕਹਿ ਲਓ ਤੁਸੀਂ ਰੋਸ ਨੇ ਪ੍ਰਗਟ ਕੀਤਾ ਪਰ ਇਹੋ ਜਿਹੀ ਨਹੀਂ ਹੋਣੀ ਚਾਹੀਦੀ ਤੇ ਮੇਰੇ ਵੱਲੋਂ ਵੀ ਆਇਆ ਸੀ ਤੇ ਸਾਡੀਆਂ ਸਿੱਖ ਪਰੰਪਰਾਵਾਂ ਦੇ ਅਨੁਕੂਲ ਨਹੀਂ ਗਾਇ ਇਹ ਇਹ ਕਰਕੇ ਮੈਂ ਵਾਕਿਆਂ ਨੂੰ ਵੀ ਬੇਨਤੀ ਕਰਦਾ ਹਾਂ ਪਰ ਚਲੋ ਇਹਨਾਂ ਨੇ ਕੀਤੀ ਆ ਇਹਨਾਂ ਨੂੰ ਵੀ ਸਾਡਾ ਤਾੜਨਾ ਤਾਂ ਜਾਂ ਸਿੰਘ ਸਾਹਿਬ ਸੱਦਣਗੇ ਵੀ ਪਰ ਮੈਂ ਆਪਣੇ ਤੌਰ ਤੇ ਵੀ ਕਹਿ ਸਕਦਾ ਹਾਂ ਕਿ ਇਹੋ ਜਿਹੇ ਪਰੰਪਰਾਵਾਂ ਪਾ ਕੇ ਇੱਕ ਧਰਮ ਦੀਆਂ ਜਿਹੜੀਆਂ ਬਲਖਣ ਦੀਆਂ ਆ ਉਹਨਾਂ ਨੂੰ ਡੈਮੇਜ ਕਰਨਾ ਚਾਹੀਦਾ ਇਸ ਮਾਮਲੇ ਦੇ ਵਿੱਚ ਸਾਬਤ ਸੂਰਤ ਅਦਾਕਾਰ ਜਰਨੈਲ ਸਿੰਘ ਜੋ ਕਿ ਸ਼ੂਟਿੰਗ ਵਾਲੇ ਦਿਨ ਸੈੱਟ ਤੇ ਮੌਜੂਦ ਸਨ ਉਹਨਾਂ ਨੇ ਵੀ ਖਾਲਸ ਟੀਵੀ ਨਾਲ ਇੱਕ ਇੰਟਰਵਿਊ ਦੇ ਵਿੱਚ ਆਪਣਾ ਪ੍ਰਤੀਕਰਮ ਦਿੱਤਾ ਹੈ ਉਹਨਾਂ ਨੇ ਦੋਵਾਂ ਤਰ੍ਹਾਂ ਦੀ ਇੱਥੇ ਗਲਤੀ ਮੰਨੀ ਹੈ ਕਿਸੇ ਸ਼ੂਟਿੰਗ ਦੇ ਸੈੱਟ ਦੇ ਉੱਤੇ ਕਿਸੇ ਨੇ ਪਾਲਕੀ ਸਾਹਿਬ ਰੱਖ ਕੇ ਤੇ ਲਾਵਾ ਫਿਰ ਇਹਦਾ ਸੀਨ ਸ਼ੂਟ ਕਰ ਰਹੇ ਸੀ ਡਮੀ ਟਾਈਪ ਜਿੱਦਾਂ ਲਾ ਲਓ ਮਾਰਾ ਦਾ ਪ੍ਰਕਾਸ਼ ਨਹੀਂ ਸੀਗਾ ਕਿਸ ਨੇ ਫੋਟੋ ਖਿੱਚ ਕੇ ਕਿਸੇ ਨੂੰ ਨਿਹੰਗ ਸਿੰਘ ਜਥੇਬੰਦੀ ਨੂੰ ਭੇਜਤੀ ਉਹਨਾਂ ਨੇ ਆ ਕੇ ਕੈਮਰੇ ਤੋੜਤੇ ਉੱਥੇ ਹੋਰ ਸੌ ਚੀਜ਼ਾਂ ਹੋਈਆਂ ਬਟ ਉਹ ਮੈਨੂੰ ਲੱਗਦਾ ਲੈਕ ਆਫ ਨੋਲੇਜ ਸੀ ਜਦੋਂ ਤੁਸੀਂ ਇੱਕ ਸਿੱਖ ਆਨੰਦ ਕਾਰਜ ਵਿਖਾਉਣਾ ਤੇ ਤੁਹਾਨੂੰ ਮਹਾਰੇ ਦਾ ਸਰੂਪ ਤੇ ਸ਼ੋਅ ਕਰਨਾ ਹੀ ਪੈਣਾ ਨਾ ਹਾਂ ਤੁਸੀਂ ਮਹਾਰੇ ਦਾ ਪ੍ਰਕਾਸ਼ ਰੱਖ ਨਹੀਂ ਸਕਦੇ ਫਿਰ ਉਹ ਅਸਲੀ ਲਾਵਾ ਹੋ ਗਈਆਂ ਇੰਨੀ ਗੱਲ ਸਮਝਾਉਣ ਵਾਸਤੇ ਮੈਨੂੰ ਲੱਗਦਾ ਕਿ 8 ਘੰਟੇ ਲੱਗੇ ਸਾਨੂੰ ਇੰਨੀ ਗੱਲ ਸਮਝਾਉਣ ਚ ਵੀ ਸਿੱਖ ਜੇ ਨੰਦ ਕਾਰਜ ਵਿਖਾਉਣਾ ਕਿੱਦਾਂ ਜਿਹੜੀ ਸਵਾਲ ਤੁਸੀਂ ਕੀਤਾ ਕਿ ਲੋਕ ਕਾਲ ਲੜਨਾ ਹਮੇਸ਼ਾ ਹੀ ਤਿਆਰ ਰਹਿਣਾ ਉਸ ਚੀਜ਼ ਨੂੰ ਸੋ ਮੈਨੂੰ ਲੱਗਦਾ ਕਿ ਇਹ ਕਿਤੇ ਨਾ ਕਿਤੇ ਸਾਡੀ ਅੱਜਕੱਲ ਦੀ ਜਿਹੜੀ ਲਾਈਫ ਸਟਾਈਲ ਹਨਾ ਉਹਦਾ ਹਿੱਸਾ ਬਣ ਚੁੱਕਿਆ ਇਸ ਤੋਂ ਕੁਝ ਦਿਨ ਪਹਿਲਾਂ ਹੀ ਸ਼੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਹੁਕਮਾਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਪਰਿਸਰ ਦੇ ਅੰਦਰ ਫਿਲਮਾਂ ਜਾਂ ਗਾਣਿਆਂ ਦੀ ਪ੍ਰਮੋਸ਼ਨ ਤੇ ਪੂਰੀ ਤਰ੍ਹਾਂ ਰੋਕ ਲਾ ਦਿੱਤੀ ਹੈ ਮੁਕੰਮਲ ਰੋਕ ਲਾਈ ਗਈ ਹੈ ਹਾਲਾਂਕਿ ਸੰਗਤ ਜਿਹੜੀ ਇੱਥੇ ਜਾਂਦੀ ਹੈ ਉਹ ਪ੍ਰਕਰਮਾਂ ਦੇ ਵਿੱਚ ਸੈਲਫੀ ਜਾਂ ਤਸਵੀਰ ਖਿੱਚਵਾ ਸਕਦੀ ਹੈ ਪਰ ਤੁਰ ਤੁਰ ਕੇ ਜਿਸ ਤਰੀਕੇ ਦੇ ਨਾਲ ਰੀਲਾਂ ਬਣਾਉਂਦੇ ਨੇ ਲੋਕ ਆਪੋ ਆਪ ਵੱਖਰੀਆਂ ਵੱਖਰੀਆਂ ਅਦਾਵਾਂ ਦੇ ਵਿੱਚ ਉਹਨਾਂ ਤੇ ਮੁਕੰਮਲ ਰੋਕ ਹੈ ਤੇ ਸੇਵਾਦਾਰਾਂ ਕੀ ਹੈ ਕਿ ਜੇ ਉਹ ਅਜਿਹੇ ਹੱਕ ਕਰਨ ਵਾਲਿਆਂ ਨੂੰ ਨਹੀਂ ਰੋਕਣਗੇ ਤਾਂ ਉਹਨਾਂ ਖਿਲਾਫ ਵੀ ਐਕਸ਼ਨ ਹੋਵੇਗਾ ਜਿਵੇਂ ਯੋਗਾ ਕਰਨ ਵਾਲੀ ਕੁੜੀ ਦੇ ਮਾਮਲੇ 'ਚ ਹੋਇਆ ਸੀ